ਯੂਨਾਈਟਿਡ ਨਿਊਜ਼ ਦੇਖ ਰਹੇ ਸਾਰੇ ਹੀ ਪੰਜਾਬੀਆਂ ਦਾ ਸਵਾਗਤ ਕਰਦੇ ਹਾਂ। ਕੈਨੇਡਾ ਤੋਂ ਇਸ ਸਮੇਂ ਬੇਹੱਦ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਨਿਕਲ ਕੇ ਆ ਰਿਹਾ ਹੈ, ਜਿੱਥੇ ਕਿ ਇੱਕ 20 ਸਾਲਾ ਭਾਰਤੀ ਸਟੂਡੈਂਟ ਕੁੜੀ ਨੂੰ ਕੈਨੇਡਾ ਪੁਲਿਸ ਦੇ ਵੱਲੋਂ ਗ੍ਰਿਫਤਾਰ ਕਰ ਲਿਆ ਗਿਆ ਹੈ। ਜੀ ਹਾਂ, ਮਾਮਲਾ ਬੇਹੱਦ ਹੈਰਾਨ ਕਰਦਾ ਹੈ। ਇਹ 20 ਸਾਲਾ ਭਾਰਤੀ ਕੁੜੀ, ਜਿਸ ਦੀ ਤੁਸੀਂ ਤਸਵੀਰ ਦੇਖ ਸਕਦੇ ਹੋ, ਇਹ ਆਪਣੇ ਸਾਥੀ ਦੇ ਨਾਲ ਇੱਕ ਓਨਰ ਤੋਂ ਜੋ ਕਿ ਆਪਣੀ ਕਾਰ ਵੇਚਣਾ ਚਾਹੁੰਦਾ ਸੀ ਉਸਦੇ ਘਰ ਦੇ ਵਿੱਚ ਦਾਖਲ ਹੁੰਦੀ ਹੈ। ਜਿਵੇਂ ਕਿ ਤੁਸੀਂ ਦੇਖ ਸਕਦੇ ਹੋ, ਓਨਰ ਅਤੇ ਉਸਦੀ ਕਾਰ ਜੋ ਕਿ ਪੋਰਚ ਕਾਰ ਦੱਸੀ ਜਾ ਰਹੀ ਹੈ, 2022 ਮਾਡਲ, ਜਿਸ ਦੀ ਕਿ ਕੀਮਤ ਇਸ ਸਮੇਂ ਲੱਖਾਂ ਡਾਲਰਾਂ ਦੇ ਵਿੱਚ ਦੱਸੀ ਜਾ ਰਹੀ ਹੈ, ਅਤੇ ਇਸ ਕੁੜੀ ਦੇ ਦੁਆਰਾ ਉਸ ਓਨਰ ਤੋਂ ਕੀ ਵੀ ਲੈ ਲਈ ਜਾਂਦੀ ਹੈ, ਅਤੇ ਜਾਂ ਤਾਂ ਜੋ ਇਹ ਉਸਦੀ ਟੈਸਟ ਡਰਾਈਵ ਲੈ ਸਕੇ। ਸੋ ਇਸ ਤੋਂ ਬਾਅਦ ਇਸ ਦਾ ਸਾਥੀ ਉੱਥੋਂ ਮੌਕੇ ਤੋਂ ਹੀ ਫਰਾਰ ਹੋ ਜਾਂਦਾ ਹੈ, ਅਤੇ ਇਹ ਜਿਵੇਂ ਹੀ ਕਾਰ ਦੇ ਵਿੱਚ ਬੈਠਦੀ ਹੈ ਅਤੇ ਓਨਰ ਬੈਠਣ ਦੀ ਕੋਸ਼ਿਸ਼ ਕਰਦਾ ਹੈ, ਅਤੇ ਇਸ ਦੁਆਰਾ ਜਿਹੜੀ ਉਹ ਕਾਰ ਤੇਜ਼ੀ ਦੇ ਨਾਲ ਅੱਗੇ ਵਧਾਈ ਜਾਂਦੀ ਹੈ, ਜਿਸ ਤੋਂ ਬਾਅਦ ਓਨਰ ਵੀ ਉੱਥੇ ਹੀ ਸੜਕ ਦੇ ਉੱਤੇ ਦੇਖ ਸਕਦੇ ਹੋ, ਜਿਵੇਂ ਕਿ ਉਸ ਨੂੰ ਦਰੜਨ ਦੀ ਵੀ ਜਿਹੜੀ ਆ ਕੋਸ਼ਿਸ਼ ਕੀਤੀ ਜਾਂਦੀ ਹੈ ਜਦੋਂ ਇਹ ਕਾਰ ਨੂੰ ਬੈਕ ਕਰ ਰਹੀ ਹੁੰਦੀ ਹੈ, ਅਤੇ ਟ੍ਰੈਫਿਕ ਵੀ ਜਿਹੜੀ ਆ ਉਹ ਰੋਡ ਦੇ ਉੱਤੇ ਜਾਮ ਹੋ ਜਾਂਦੀ ਹੈ, ਜਿਸ ਤੋਂ ਬਾਅਦ ਓਨਰ ਦੇ ਥੋੜ੍ਹੀਆਂ ਸੱਟਾਂ ਲੱਗੀਆਂ ਹਨ ਪਰ ਉਹ ਬਚਾਅ ਹੋ ਗਿਆ ਹੈ ਉਸਦਾ। ਸੋ ਇਹ ਕਾਰ ਲੈ ਕੇ ਉੱਥੋਂ ਫਰਾਰ ਹੋ ਜਾਂਦੀ ਹੈ। ਸੋ ਜਿਸ ਕਾਰ ਦੇ ਵਿੱਚ ਆਈ ਸੀ ਉਸ ਦੀਆਂ ਤਸਵੀਰਾਂ ਵੀ ਜਿਹੜੀਆਂ ਕੈਨੇਡਾ ਪੁਲਿਸ ਦੇ ਵੱਲੋਂ ਸ਼ੇਅਰ ਕਰ ਦਿੱਤੀਆਂ ਗਈਆਂ ਹਨ, ਅਤੇ ਇਹ ਕਾਰ ਲੈ ਕੇ ਜਿਵੇਂ ਹੀ ਫਰਾਰ ਹੁੰਦੀ ਹੈ, ਇਸ ਤੋਂ ਬਾਅਦ ਪੁਲਿਸ ਨੂੰ ਓਨਰ ਦੇ ਵੱਲੋਂ ਜਿਹੜਾ ਇਨਫੋਰਮ ਕੀਤਾ ਜਾਂਦਾ ਹੈ, ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਇਸ ਭਾਰਤੀ ਕੁੜੀ ਨੂੰ ਮੌਕੇ ਦੇ ਉੱਤੇ ਹੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ। ਸੋ ਪੁਲਿਸ ਦੇ ਵੱਲੋਂ ਇਸ ਦੀ ਤਸਵੀਰ ਵੀ ਜਿਹੜੀ ਸ਼ੇਅਰ ਕਰ ਦਿੱਤੀ ਗਈ ਹੈ, ਇਸ ਦਾ ਨਾਮ ਸਾਰਾ ਦੱਸਿਆ ਜਾ ਰਿਹਾ ਹੈ, ਜੋ ਕਿ ਕੈਨੇਡਾ ਦੇ ਵਿੱਚ ਸਟੂਡੈਂਟ ਹੈ, ਅਤੇ ਇਸ ਦੀ ਉਮਰ ਅਜੇ ਸਿਰਫ 20 ਸਾਲ ਦੱਸੀ ਜਾ ਰਹੀ ਹੈ। ਸੋ ਕਿਸੇ ਨੂੰ ਵੀ ਯਕੀਨ ਨਹੀਂ ਆ ਰਿਹਾ ਕਿ ਇਹ ਭਾਰਤੀ ਕੁੜੀ, ਜਿਸ ਦੀ ਸਿਰਫ ਉਮਰ ਅਜੇ 20 ਸਾਲ ਹੈ, ਇਹ ਅਜਿਹਾ ਕੰਮ ਕਰ ਸਕਦੀ ਹੈ, ਪਰ ਜੋ ਕਿ CCTV ਦੇ ਵਿੱਚ ਵੀਡੀਓ ਰਿਕਾਰਡ ਹੋਈ ਹੈ ਉਸ ਦੌਰਾਨ ਪਤਾ ਲੱਗਦਾ ਹੈ ਕਿ ਇਹ ਕਿਵੇਂ ਸ਼ਾਤਰ ਤਰੀਕੇ ਦੇ ਨਾਲ ਇੱਕ ਕਾਰ ਨੂੰ ਚੋਰੀ ਕਰ ਰਹੀ ਸੀ, ਜਿਸ ਤੋਂ ਬਾਅਦ ਇਸ ਨੂੰ ਹੁਣ ਗ੍ਰਿਫਤਾਰ ਕਰ ਲਿਆ ਗਿਆ ਹੈ।